ਕਪਤਾ ਔੜਦਿਆਂ ਬਾਜਾਂ ਮਗਰ ਦਾ ਸ਼ੈਲੀ ਵਿਗਿਆਨ ਦੀ ਦ੍ਰਿਸ਼ਟੀ ਤੋਂ ਅਧਿਐਨ ਕਰਾਂਗੇ ਵੈਸੇ ਤਾਂ ਪਾਸ਼ ਕਿਉਂਕਿ ਰਾਜਸੀ ਕਵੀ ਸੀ ਵਿਚਾਰਧਾਰਕ ਤੌਰ ਤੇ ਚੇਤਨ ਕਵੀ ਸੀ ਉਸ ਬਾਰੇ ਵਿਚਾਰਧਾਰਕ ਤੌਰ ਤੇ ਉਸ ਦੇ ਵਿਚਾਰਾਂ ਬਾਰੇ ਉਸ ਦੇ ਵਸਤੂ ਯਥਾਰਥ ਬਾਰੇ ਬਹੁਤ ਕੁਝ ਕਿਹਾ ਜਾ ਚੁੱਕਿਆ ਹੈ ਤਾਂ ਸ਼ੈਲੀ ਵਿਗਿਆਨਕ ਪੱਖ ਤੋਂ ਉਸ ਦੀ ਕਵਤਾ ਦਾ ਅਧਿਐਨ ਇਸ ਲਈ ਕਰ ਰਹੇ ਹੈ ਗਿਆਂ ਕਿ ਅਕਸਰ ਸ਼ੈਲੀ ਵਿਗਿਆਨ ਬਾਰੇ ਇਹ ਕਿਹਾ ਜਾਂਦਾ ਹੈਗਾ ਕਿ ਸ਼ੈਲੀ ਵਿਗਿਆਨ ਜਿਹੜਾ ਉਹ ਕਿਸੇ ਕਲਾਕਾਰਤ ਦਾ ਅਧਿਐਨ ਕਰਦਿਆਂ ਇਹਨਾਂ ਗੱਲਾਂ ਤੇ ਜ਼ੋਰ ਦਿੰਦਾ ਹੈ ਕਿ ਕਿਸ ਤਰ੍ਹਾਂ ਉਹ ਕਲਾਕਾਰਤ ਜਿਹੜੇ ਸਥਾਪਤ ਪ੍ਰਤੀਮਾਨ ਨੇ ਉਹਨਾਂ ਤੋਂ ਪ੍ਰਾਹਨ ਕਰਦੀ ਹੈ ਡਿਵੀਏਟ ਕਰਦੀ ਹੈ ਕਿਵੇਂ ਉਹ ਜਿਹੜੇ ਸਥਾਪਤ ਪ੍ਰਤੀਮਾਨ ਨੇ ਉਹਨਾਂ ਦੇ ਅਨਸਾਰੀ ਚਲਦੀ ਆ ਉਹਦੀ ਸਮਾਨੰਤਰਤਾ ਸਿਰਜਦੀ ਆ ਤਾਂ ਇਸ ਪ੍ਰਸੰਗ ਦੇ ਵਿੱਚ ਵਿਚਾਰਨ ਲਈ ਅਸੀਂ ਉਹਨਾਂ ਦੀ ਕਪਤਾ ਚੁਣੀ ਆ ਉੜਦੇ ਬਾਜਾ ਮਗਰ ਤੇ ਉੜਦੇ ਬਾਜਾ ਮਗਰ ਜਦੋਂ ਅਸੀਂ ਕਪਤਾਨ ਨੂੰ ਪੜ੍ਹਦੇ ਆ ਤਾਂ ਅਸੀਂ ਜਿਹੜੇ ਸੰਕਲਪ ਸ਼ੈਲੀ ਵਿਗਿਆਨ ਦੇ ਪ੍ਰਮੁੱਖ ਸੰਕਲਪ ਆ ਉਹਨਾਂ ਦੇ ਵਿੱਚ ਚਾਹੇ ਉਹ ਸਮਾਨੰਤਰਤਾ ਦਾ ਸੰਕਲਪ ਆ ਚਾਹੇ ਉਹ ਪ੍ਰਾਹਨ ਦਾ ਸੰਕਲਪ ਚਾਹੇ ਉਹ ਅਗਰ ਪੂਮਤ ਕਰਨ ਦਾ ਸੰਕਲਪ ਉਸ ਬਾਰੇ ਵਿਚਾਰ ਕਰਾਂਗੇ ਤਾਂ ਉਸ ਬਾਰੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਹ ਵੀ ਦੇਖਣਾ ਚਾਹਾਂਗੇ ਕਿ ਕਿਹਾ ਜਾਂਦਾ ਹੈ ਕਿ ਸ਼ੈਲੀ ਵਿਗਿਆਨ ਧੁਨੀ ਦੀ ਪੱਧਰ ਤੇ ਵੀ ਉਹਦਾ ਵਿਚਾਰ ਕੀਤਾ ਜਾ ਸਕਦਾ ਹੈ ਸ਼ਬਦ ਦੀ ਪੱਧਰ ਤੇ ਵੀ ਵਾਕ ਦੀ ਪੱਧਰ ਤੇ ਵੀ ਤੇ ਸਮੁੱਚੀ ਰਚਨਾ ਦੀ ਪੱਧਰ ਤੇ ਵੀ ਤਾਂ ਸਭ ਤੋਂ ਪਹਿਲਾਂ ਅਸੀਂ ਮੰਨ ਲਓ ਉਹਨਾਂ ਦੀਆਂ ਲਾਈਨਾਂ ਪੜ੍ਹਦੇ ਹਾਂ ਇਹ ਅਸਲ ਦੇ ਵਿੱਚ ਇੱਕ ਤਰ੍ਹਾਂ ਦਾ ਮਾਈਕਰੋ ਦੀ ਮਾਈਕਰੋ ਦਾ ਹਨ ਹੈਗਾ ਕਿ ਬ੍ਰੀਕ ਵੀ ਨਹੀਂ ਨਾ ਕੀਤਾ ਦਾ ਹਨ ਤਾਂ ਉਹਦੇ ਨਾਲ ਕਿਸ ਤਰ੍ਹਾਂ ਕਿਸੇ ਅਸੀਂ ਰਚਨਾ ਨੂੰ ਦੇਖਦੇ ਹਾਂ ਉੱਡ ਗਏ ਨੇ ਬਾਜ ਚੁੰਝਾਂ ਚ ਲੈ ਕੇ ਸਾਡੀ ਚੈਨ ਦਾ ਪਲ ਬਤਾ ਸਕਣ ਦੀ ਖਾਹਿਸ਼ ਹੁਣ ਬਾਜ ਉੱਡ ਗਏ ਨੇ ਬਾਜ ਚੁੰਝਾਂ ਚ ਲੈ ਕੇ ਸਾਡੀ ਚੈਨ ਦਾ ਪਲ ਬਤਾ ਸਕਣ ਦੀ ਖਾਹਿਸ਼ ਦੋਸਤੋ ਹੁਣ ਚੱਲਿਆ ਜਾਵੇ ਉੱਡਦੇ ਬਾਜਾਂ ਮਗਰ ਦੇ ਕੋ ਬਾਜ ਦਾ ਜਿਹੜਾ ਸ਼ਾਬਦਿਕ ਅਰਥ ਆ ਸ਼ਾਬਦਿਕ ਅਰਥ ਆ ਕੀ ਇਕਵਤਾ ਬਾਜ ਨੂੰ ਸ਼ਾਬਦਿਕ ਅਰਥਾਂ ਵਿੱਚ ਹੀ ਲੈਂਦੀ ਹੈ ਜੇ ਸ਼ਾਬਦਿਕ ਅਰਥਾਂ ਵਿੱਚ ਲੈਂਦੀ ਤਾਂ ਬਾਜ ਕੋਈ ਮੂੰਹ ਦੇ ਵਿੱਚ ਬੂਟੀ ਲੈ ਕੇ ਉੱਡ ਜਾਂਦਾ ਹੋ ਸਕਦਾ ਜਿਹੜਾ ਬਾਜ ਵੱਡਾ ਜਾਨਵਰ ਆ ਸ਼ਕਤੀਸ਼ਾਲੀ ਜਾਨਵਰ ਆ ਇਹ ਵੀ ਕਿਹਾ ਜਾਂਦਾ ਹੈ ਕਿ ਵੱਡੇ ਬਾਜ ਆ ਜਿਹੜੇ ਉਹ ਕਈ ਵਾਰੀ ਛੋਟਾ ਮੇਮਣਾ ਵੀ ਚੱਕ ਕੇ ਲੈ ਜਾਂਦੇ ਪਰ ਇੱਥੇ ਕੀ ਆ ਉੱਡ ਗਏ ਨੇ ਬਾਜ ਚੁੰਝਾਂ ਚ ਲੈ ਕੇ ਕੀ ਉਹ ਭਾਈ ਕੋਈ ਲੀਰ ਵੀ ਕੋਈ ਟਾਕੀ ਵੀ ਕੋਈ ਹਾਰ ਵੀ ਕੋਈ ਹੋਰ ਸਮਾਨ ਵੀ ਚੱਕ ਸਕਦੇ ਸੀ ਮਾਸ ਤਾਂ ਕਹਿਰ ਜਾਨਵਰ ਦਾ ਸ਼ਿਕਾਰ ਤਾਂ ਉਹ ਕਰਦੇ ਹੀ ਕਰਦੇ ਆ ਉੱਡਦੇ ਪੰਛੀਆਂ ਨੂੰ ਵੀ ਉਹ ਤੇ ਆਪਣੇ ਪੰਜਿਆਂ ਚ ਦਬੋਚ ਲੈਂਦੇ ਆ ਉਹਦੀਆਂ ਚੁੰਝਾਂ ਨਾਲ ਖਾ ਜਾਂਦੇ ਆ ਧਰਤੀ ਤੇ ਵੀ ਉਹ ਝੱਪਟ ਮਾਰਦੇ ਆ ਪਰ ਇੱਥੇ ਕੀ ਹੈ ਕਿ ਉੱਡ ਗਏ ਨੇ ਬਾਜ ਚੁੰਝਾਂ ਚ ਲੈ ਕੇ ਸਾਡੀ ਚੈਨ ਦਾ ਪਲ ਬਤਾ ਸਕਣ ਦੀ ਖਾਹਿਸ਼ ਤੇ ਚਵੰਜ ਵਿੱਚ ਉਹਦੇ ਕੀ ਹੈ ਚੈਨ ਦਾ ਪਲ ਬਤਾ ਸਕਣ ਦੀ ਖਾਹਿਸ਼ ਇਹ ਵਸਤੂ ਤਾਂ ਹੈ ਨਹੀਂ ਕੀ ਤਾਂ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਇਹਨਾਂ 2 17 ਦੇ ਵਿੱਚ ਹੀ ਪਾਸ਼ ਨੇ ਜਿਹੜੀ ਆਮ ਭਾਸ਼ਾ ਦੇ ਵਿੱਚ ਜਿਹੜੇ ਅਰਥ ਨੇ ਉਹਨਾਂ ਤੋਂ ਪਾਸੇ ਚਲੇ ਗਿਆ ਹੈ। ਪ੍ਰਾਹਨ ਕਰ ਦਿੱਤਾ ਹੈਗਾ ਡਿਵੀਏਟ ਕਰ ਦਿੱਤਾ ਹੈ। ਇੱਥੇ ਬਾਜ ਦਾ ਅਰਥ ਫਿਰ ਬਾਜ ਨਹੀਂ ਰਹਿ ਗਿਆ। ਸ਼ਬਦ ਕੋਸ਼ੀ ਅਰਥ ਨਹੀਂ ਹੈ। ਇੱਥੇ ਬਾਜ ਦਾ ਅਰਥ ਆ ਜਿਹੜਾ ਉਹ ਕੁਝ ਹੋਰ ਬਣ ਜਾਂਦਾ ਹੈ। ਉਹ ਜਾਬਰ ਬਣ ਜਾਂਦਾ ਹੈ ਇਹ ਹੁਣ ਬਾਜ ਪੰਜਾਬੀ ਸੱਭਿਆਚਾਰ ਦੇ ਵਿੱਚ ਬਾਜ ਵੀ ਦੋ ਅਰਥਾਂ ਵਿੱਚ ਵਰਤਿਆ ਜਾਂਦਾ ਇੱਕ ਸਾਡੇ ਕੋਲੇ ਬਾਜ ਦਾ ਅਰਥ ਆ ਜਿਹੜਾ ਜਿਹਨੂੰ ਕਹਿੰਦੇ ਆ ਕਿ ਸ਼ਕਤੀਸ਼ਾਲੀ ਜਾਨਵਰ ਜਿਹਨੂੰ ਕਹਿੰਦੇ ਆ ਬਾਜ ਅੱਖ ਜਿਹਨੂੰ ਕਹਿੰਦੇ ਆ ਕਿ ਉਹ ਬਾਜ ਕੇ ਜਿਹੜਾ ਪੰਛੀਆਂ ਦਾ ਰਾਜਾ ਜਿਵੇਂ ਜੰਗਲ ਦਾ ਰਾਜਾ ਅਸੀਂ ਕਹਿੰਦੇ ਆ ਕਿ ਸ਼ੇਰ ਆ ਪੰਛੀਆਂ ਦਾ ਰਾਜਾ ਜਿਹੜਾ ਤਾਕਤ ਦਾ ਦੂਰੋਂ ਦੁਸ਼ਮਣ ਨੂੰ ਪਛਾਨਣ ਦਾ ਚੰਨ ਪਰ ਦੂਜੇ ਪਾਸੇ ਬਾਜ ਕੀ ਆ ਬਾਜ ਜਦੋਂ ਗੁਰੂ ਗੋਬਿੰਦ ਸਿੰਘ ਜੀ ਵਰਦੇ ਨੇ ਕਿ ਚਿੜੀਆਂ ਸੇ ਮੈਂ ਬਾਜ ਲੜਾਉ ਤਬੀ ਗੁਰੂ ਗੋਬਿੰਦ ਸਿੰਘ ਨਾਮ ਕਹਾਉ ਚਿੜੀਆਂ ਸੇ ਬਾਜ ਲੜਾਉਣ ਤੋਂ ਕੀ ਪਾਵ ਅੰਮ੍ਰਿਤ ਛਕਾਉਣ ਤੋਂ ਬਾਅਦ ਚਿੜੀਆਂ ਚਿੜੀਆਂ ਕੌਣ ਨੇ ਮਜਲੂਮ ਨੇ ਚਿੜੀਆਂ ਕੌਣ ਨੇ ਗਰੀਬ ਨੇ ਪਰ ਉਹ ਲੜਦੀਆਂ ਕਿਹਦੇ ਨਾਲ ਆ ਬਾਜ ਨਾਲ ਤੇ ਇੱਥੇ ਬਾਜ ਕੀ ਆ ਜ਼ਬਰ ਦਾ ਚਿੰਨ ਤੇ ਇਸ ਹਫ਼ਤਾ ਦੇ ਵਿੱਚ ਵੀ ਜਿਹੜਾ ਬਾਜ ਆ ਉਹ ਜਾਬਰ ਦਾ ਚੈਨ ਆ ਕਿ ਉੱਡ ਗਏ ਨੇ ਬਾਜ ਚੁੰਝਾਂ ਚ ਲੈ ਕੇ ਸਾਡੀ ਚੈਨ ਦਾ ਪਲ ਬਤਾ ਸਕਣ ਦੀ ਖਾਹਿਸ਼ ਦੇਖੋ ਬਾਜ ਦਾ ਅਰਥ ਇੱਥੇ ਬਾਜ ਨਹੀਂ ਬਾਜ ਦਾ ਅਰਥ ਸ਼ਬਦ ਕੋਸ਼ੀ ਅਰਥ ਨਹੀਂ ਕਿ ਜਿਹੜਾ ਪੰਛੀ ਕਿ ਜਿਹੜਾ ਦੂਸਰਿਆਂ ਦਾ ਸ਼ਿਕਾਰ ਕਰਦਾ ਹੈ ਅਸਮਾਨ ਵਿੱਚ ਉੱਡਣ ਵਾਲਾ ਦੂਰ ਤੱਕ ਦੇਖਣ ਵਾਲਾ ਉਚਾਈ ਵਿੱਚ ਉੱਡਣ ਵਾਲਾ ਸ਼ਿਕਾਰ ਕਰਨ ਵਾਲਾ ਇੱਕ ਜਾਨਵਰ ਪੰਛੀ ਇਹ ਗੱਲ ਨਹੀਂ ਗਈ ਇੱਥੇ ਇਹਦਾ ਆ ਉਹਦਾ ਅਰਥ ਹੀ ਹੋਰ ਸਾਡੀ ਚੈਨ ਦਾ ਪਲ ਬਤਾ ਸਕਣ ਦੀ ਖਾਹਿਸ਼ ਤਾਂ ਨਿਸ਼ਚੇ ਹੀ ਇੱਥੇ ਜਿਹੜੀ ਵਿਆਕਰਣ ਉਹ ਇਹ ਕਹਿੰਦੀ ਕਿ ਬਾਤ ਚੁੰਝਾਂ ਚ ਲੈ ਕੇ ਉੱਡ ਗਏ ਕੀ ਚੈਨ ਦਾ ਪਲ ਬਤਾ ਸਕਣ ਦੀ ਖਾਹਿਸ਼ ਪਲਾ ਜਿਹੜਾ ਚੈਨ ਦਾ ਪਾਲਾ ਉਹ ਕੋਈ ਪਦਾਰਥਿਕ ਵਸਤਾ ਜਿਹਨੂੰ ਲੈ ਗਏ ਨਹੀਂ ਤਾਂ ਫਿਰ ਇੱਥੇ ਕੀ ਆ ਇਹ ਕਾਵਿਕ ਪਾਸ ਹੈ ਦੋਸਤੋ ਹੁਣ ਚੱਲਿਆ ਜਾਵੇ ਉੱਡਦਿਆਂ ਬਾਜ਼ ਜਾਮਗਰ ਤਾਂ ਨਿਸ਼ਚੇ ਹੀ ਇੱਕ ਪਾਸੇ ਤਾਂ ਅਸੀਂ ਸ਼ੈਲੀ ਨੂੰ ਕਹਿੰਦੇ ਆ ਕਿ ਵਿਅਕਤੀਗਤ ਹੁੰਦੀ ਆ ਦੂਸਰੇ ਪਾਸੇ ਅਸੀਂ ਸ਼ੈਲੀ ਨੂੰ ਕਹਿੰਦੇ ਆ ਕਿ ਸ਼ੈਲੀ ਆ ਜਿਹੜੀ ਸਮੂਹਕ ਹੁੰਦੀ ਆ ਦੋਨੇ ਗੱਲਾਂ ਹੀ ਸੱਚੋ ਸੱਚਾ ਇੱਕ ਪਾਸੇ ਕਿ ਸ਼ੈਲੀ ਵਿਅਕਤੀਗਤ ਹੁੰਦੀ ਆ ਇਹ ਵੀ ਕਿਹਾ ਜਾਂਦਾ ਕਿ ਵਿਅਕਤੀ ਸ਼ੈਲੀ ਨੂੰ ਬਣਾਉਂਦਾ ਦੂਸਰੇ ਪਾਸੇ ਸਮੂਹਕ ਹੁੰਦੀ ਆ ਕਿ ਕਿਸੇ ਯੁੱਗ ਦੀ ਵੀ ਸ਼ੈਲੀ ਹੁੰਦੀ ਆ ਸਮੇਂ ਨਾਲ ਵੀ ਵੱਜੀ ਹੁੰਦੀ ਆ ਸਥਾਨ ਦੀ ਵੀ ਸ਼ੈਲੀ ਹੁੰਦੀ ਆ ਕਿ ਕਿਸੇ ਸਥਾਨ ਦੀ ਵੀ ਸ਼ੈਲੀ ਹੁੰਦੀ ਆ ਤਾਂ ਇੱਥੇ ਜਦੋਂ ਪਾਸ਼ ਦੀ ਸ਼ੈਲੀ ਦੀ ਗੱਲ ਕਰਦੇ ਆ ਤਾਂ ਉਹ ਜਿਹੜੇ ਨੈਕਸਲਾਈਟ ਦੌਰ ਦੇ ਸ਼ਾਇਰ ਆ ਉਹਨਾਂ ਨਾਲ ਉਹਦੀ ਸ਼ੈਲੀ ਮਿਲਦੀ ਆ ਉਹਦੇ ਵਿੱਚ ਕੀ ਹੈਗਾ ਕਿ ਇੱਕ ਰੋਹ ਆ ਇੱਕ ਵਿਦਰੋਹ ਆ ਤੇ ਇੱਕ ਦੁਸ਼ਮਣ ਨੂੰ ਸੰਬੋਧਨ ਹੈ ਤੇ ਦੂਸਰੇ ਪਾਸੇ ਕੀ ਆ ਕਿ ਦੋਸਤਾਂ ਨੂੰ ਨਾਲ ਲੈਣਾ ਉੱਡ ਗਏ ਨੇ ਬਾਦ ਚੁੰਝਾਂ ਚ ਲੈ ਕੇ ਸਾਡੀ ਚੈਨ ਦਾ ਪਲ ਬਤਾ ਸਕਣ ਦੀ ਖਾਹਿਸ਼ ਦੋਸਤੋ ਹੁਣ ਚੱਲਿਆ ਜਾਵੇ ਉੱਡਦੇ ਬਾਜਾ ਮਗਰ ਤੇ ਉੱਡਦੇ ਬਾਜਾ ਮਗਰ ਜਿਹੜਾ ਜਾਣਾ ਉਹ ਸੰਘਰਸ਼ ਦਾ ਪ੍ਰਤੀਕ ਆ ਬਹੁਤ ਵਾਰੀ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਜਿਹੜੀ ਸ਼ੈਲੀ ਵਿਗਿਆਨਕ ਹੈ ਨਾ ਉਹ ਰਚਨਾ ਤੇ ਕੇਂਦਰਤ ਰਹਿਦਾ ਰਚਨਾ ਤੋਂ ਬਾਹਰ ਨਹੀਂ ਜਾਂਦਾ ਪਰ ਇਹ ਕਿਸ ਪੱਧਰ ਦੀ ਗੱਲ ਆ ਇਹ ਕਿਸ ਮੂਢਲੀ ਪੱਧਰ ਦੀ ਗੱਲ ਆ ਕਿਸੇ ਰੂਪਵਾਦੀ ਦੀ ਗੱਲ ਆ ਕਿਸੇ ਸਰਚਨਾਵਾਦੀ ਦੀ ਗੱਲ ਆ ਜਿਹੜੀ ਦਵੰਦ ਆਤਮਕ ਸ਼ੈਲੀ ਵਿਗਿਆਨ ਆ ਜਿਹੜਾ ਸ਼ੈਲੀ ਵਿਗਿਆਨ ਕੇਵਲ ਧੁਨੀਆਂ ਤੱਕ ਨਹੀਂ ਖੜਾ ਜਿਹੜਾ ਕੇਵਲ ਸ਼ਬਦਾਂ ਤੱਕ ਨਹੀਂ ਖੜਾ ਜਿਹੜਾ ਕੇਵਲ ਵਾਕਾਂ ਤੱਕ ਨਹੀਂ ਖੜਾ ਸਗੋਂ ਸਮੁੱਚੀ ਰਚਨਾ ਦੇ ਅਰਥਾਂ ਤੱਕ ਪੁੱਜਦਾ ਉਹ ਸ਼ੈਲੀ ਵਿਗਿਆਨ ਫਿਰ ਬਾਹਰ ਵੱਲ ਫੈਲਦਾ ਹੈ ਇੱਥੇ ਤਾਂ ਪਤਾ ਨਹੀਂ ਕਦੋਂ ਆ ਆ ਧਮਕਣ ਲਾਲ ਪਗੜੀਆਂ ਵਾਲੇ ਲੋਚਕ ਹੁਣੇ ਲਾਲ ਪਗੜੀਆਂ ਵਾਲੇ ਲੋਚਕ ਕੌਣ ਹੋਏ ਤੇ ਸ਼ੁਰੂ ਕਰਦੇ ਹਾਂ ਕਵਤਾ ਦੀ ਦਾਤ ਦੇਣੀ ਹੁਣ ਲਾਲ ਪਗੜੀਆਂ ਵਾਲਾ ਜਿਹੜਾ ਲੋਚਕ ਆ ਇਹ ਇਹਦੇ ਵਿੱਚ ਵੀ ਸਾਡੇ ਮਨ ਦੇ ਵਿੱਚ ਤਰੰਤ ਆਉਂਦਾ ਕਿ ਦੋ ਤਰ੍ਹਾਂ ਦੇ ਅਰਥ ਪ੍ਰਾਪਤ ਹੁੰਦੇ ਆ ਇਹ ਕਦੋਂ ਇੱਥੇ ਤਾਂ ਪਤਾ ਨਹੀਂ ਕਦੋਂ ਆ ਧਮਕਣ ਲਾਲ ਪਗੜੀਆਂ ਵਾਲੇ ਲੋਚਕ ਲਾਲ ਪਗੜੀ ਵਾਲਾ ਲੋਚਕ ਕੀ ਉਹ ਲੋਚਕ ਆ ਕਿ ਜਿਹੜਾ ਮਾਰਕਸਵਾਦੀ ਲੋਚਕ ਜਾ ਲਾਲ ਲਾਲ ਪਗੜੀਆਂ ਵਾਲਾ ਲੋਚਕ ਤੋਹਾਵ ਇਹਦਾ ਪੁਲਿਸ ਤੋਂ ਕਿਉਂਕਿ ਪੁਲਿਸ ਦੀ ਜਿਹੜੀ ਵਰਦੀ ਹੈਗੀ ਆ ਉਹਦੀ ਜਿਹੜੀ ਪੱਗ ਆ ਉਹਦੇ ਵਿੱਚ ਜਿਹੜੀ ਝਾਲਰ ਆ ਉਹ ਲਾਲ ਰੰਗ ਦੀ ਹੁੰਦੀ ਹੈ ਤਾਂ ਸਾਡਾ ਅਗਲੇ ਹੀ ਲਾਈਨ ਦੇ ਵਿੱਚ ਸਪਸ਼ਟ ਹੁੰਦਾ ਕਿ ਇਸ ਤੋਂ ਪਹਿਲਾਂ ਕਿ ਪਸਰ ਜਾਏ ਥਾਣੇ ਦੀ ਨਿਤ ਫੈਲਦੀ ਇਮਾਰਤ ਤੁਹਾਡੇ ਪਿੰਡ ਤੁਹਾਡੇ ਟੱਬਰ ਤੀਕ ਤੇ ਨਥੀ ਹੋ ਜਾਏ ਸਵੇ ਮਾਨ ਦਾ ਕੰਬਦਾ ਹੋਇਆ ਵਰਕਆਊਟ ਸਕੇਰਚ ਮੂੰਹੇ ਮੁਣਚੀ ਦੇ ਰੋਜ਼ਨਾਮੇ ਵਿੱਚ ਦੋਸਤੋ ਤਾਂ ਹੁਣ ਗੱਲ ਥੋੜੀ ਜੀ ਹੋਰ ਵਧੇਰੇ ਸਪਸ਼ਟ ਹੋ ਗਈ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਸਟੇਟ ਕੀ ਵਰਤਦੀ ਆ ਸਟੇਟ ਮਸ਼ੀਨਰੀ ਵਰਤਦੀ ਆ ਤੇ ਸਟੇਟ ਮਸ਼ੀਨਰੀ ਦਾ ਸਭ ਤੋਂ ਜਿਹੜਾ क्रੂਅਲ ਸਭ ਤੋਂ ਜਿਹੜਾ क्रूर ਰੂਪ ਆ ਉਹ ਕੀ ਹੁੰਦਾ ਉਹ ਆ ਪੁਲਿਸ ਤਾਂ ਹੁਣ ਕਵੀ ਕਵੀ ਆਪੇ ਦੀ ਆ ਗੱਲ ਨਹੀਂ ਕਰ ਰਿਹਾ ਇੱਥੇ ਤਾਂ ਉਹ ਕਵਤਾ ਦੇ ਅਰਥ ਹੀ ਬਲਦਾ ਇੱਥੇ ਤਾਂ ਪਤਾ ਨਹੀਂ ਕਦੋਂ ਆ ਆ ਧਮਕਣ ਲਾਲ ਪਗੜੀਆਂ ਵਾਲੇ ਲੋਚਕ ਤੇ ਸ਼ੁਰੂ ਕਰ ਦੇਣ ਕਵਤਾ ਦੀ ਦਾਤ ਦੇਣੀ ਹੁਣ ਇਹ ਦਾਤ ਦੇਣੀ ਤੇ ਹੁੰਦੀ ਹੈ ਕਿ ਕਵੀ ਦੀ ਪ੍ਰਸ਼ੰਸਾ ਕਰਨੀ ਪਰ ਇੱਥੇ ਉਲਟ ਬਾਸੀ ਆ ਇੱਥੇ ਅਰਥ ਉਲਟੇ ਨੇ ਕਵੀ ਉੱਥੋਂ ਨਿਕਲਣਾ ਚਾਹੁੰਦਾ ਸੰਘਰਸ਼ ਦੇ ਰਾਹ ਪੈਣਾ ਚਾਹੁੰਦਾ ਕਿਉਂ ਰਹਿਣਾ ਪੈਣਾ ਚਾਹੁੰਦਾ ਕਿਉਂਕਿ ਉਹਨੂੰ ਲੱਗ ਰਿਹਾ ਹੈਗਾ ਕਿ ਇੱਥੇ ਤਾਂ ਗੱਲ ਹੀ ਕੁਝ ਹੋਰ ਵਾਪਰਨ ਵਾਲੀ ਹੈ ਤੇ ਪੱਸਰ ਜਾਏ ਥਾਣੇ ਦੀ ਨਿਤਾ ਇਮਾਰਤ ਤੁਹਾਡੇ ਪਿੰਡ ਤੁਹਾਡੇ ਟੱਬਰਤੀ ਵੀ ਇਮਾਰਤ ਕਿਵੇਂ ਪੱਸਰ ਸਕਦੀ ਆ ਪਿੰਡ ਤੱਕ ਟੱਬਰਤੀ ਅਸਲ ਵਿੱਚ ਕੀ ਆ ਕਿ ਇੱਥੇ ਜਿਹੜਾ ਥਾਣੇ ਦੀ ਇਮਾਰਤ ਆ ਉਹ ਸ਼ਬਦ ਦਾ ਜਿਹੜੇ ਉਹ ਕੋਸ਼ਗਤ ਅਰਥਾਂ ਤੋਂ ਬਾਹਰ ਚਲੇ ਜਾਂਦੇ ਆ ਤਾਂ ਆਪਾਂ ਪਹਿਲਾਂ ਹੀ ਦੇਖ ਲਿਆ ਕਪਤਾ ਦੇ ਵਿੱਚ ਚਲੇ ਜਾਂਦੇ ਪਰ ਜਿਹੜੇ ਵਾਕ ਨੇ ਉਹ ਵਾਕਾਂ ਦਾ ਜਿਹੜਾ ਆਪਸੀ ਸੰਯੋਜਨ ਉਹ ਸੰਯੋਜਨ ਜਿਹੜਾ ਇੱਕ ਨਾਲ ਜੜਾਓ ਆ ਉਹ ਜੜਾਓ ਬਾਹਰ ਨੂੰ ਜਾਂਦਾ ਤੇ ਨੱਥੀ ਹੋ ਜਾਏ ਸਵੇਮਾਨ ਦਾ ਕੰਮ ਦਾ ਹੋਇਆ ਵਰਕਾ ਉਸ ਕਿਰਚ ਮੂਹੇ ਮੁਣਛੀ ਦੇ ਰੋਜ਼ਨਾਮੇ ਚ ਹੁਣ ਤੁਸੀਂ ਇਹਦਾ ਪੈਰਾਡਾਈਮ ਦੇਖੋ ਇਹਦੇ ਸ਼ਬਦਾਂ ਦੀ ਚੋਣ ਦੇਖੋ ਕੀ ਆ ਲਾਲ ਪਗੜੀਆਂ ਵਾਲੇ ਰੋਚਕ ਫੇਰ ਕੀ ਆ ਥਾਣੇ ਦੀ ਨਿੱਤ ਫੈਲਦੀ ਇਮਾਰਤ ਫੇਰ ਕੀ ਆ ਸਵੇਮਾਨ ਦਾ ਕੰਮ ਦਾ ਹੋਇਆ ਵਰਕਾ ਫੇਰ ਕੀ ਆ ਕਿਰਚ ਮੂਹਾ ਤੇ ਮੁਣਛੀ ਫੇਰ ਕੀ ਆ ਰੋਜ਼ਨਾਮਾ ਚ ਮੁਣਚੀ ਰੋਜ਼ਨਾਮਚਾ ਥਾਣੇ ਦੀ ਇਮਾਰਤ ਇਹ ਲਾਲ ਪਗੜੀ ਵਾਲੇ ਇਹ ਸਾਰੇ ਜੋੜ ਕੇ ਕੀ ਬਣਦੇ ਇੱਕੋ ਪੈਰਾਡਾਈਮ ਦੇ ਚਿੰਨ੍ਹ ਬਣਦੇ ਸੋ ਸ਼ਬਦਾਂ ਦੀ ਚੋਣ ਤਾਂ ਅਗਲਾ ਸੰਕਲਪ ਜਿਹੜਾ ਇੱਕ ਹੋਰ ਵਰਤਿਆ ਜਾਂਦਾ ਸਟਾਈਲਿਸਟਿਕ ਵਿੱਚ ਕਿ ਅਗਰ ਭੂਮੀ ਦੇ ਵਿੱਚ ਕੀ ਕੀਤਾ ਜਾ ਰਿਹਾ ਫੋਰ ਗਰਾਉਂਡਿੰਗ ਤੇ ਕੀ ਕੀਤਾ ਜਾ ਰਿਹਾ ਕਵੀ ਕਿਹੜੀ ਚੀਜ਼ ਨੂੰ ਅੱਗੇ ਲਿਆ ਰਿਹਾ ਤੇ ਕਵੀ ਕਿਹੜੀ ਚੀਜ਼ ਨੂੰ ਅੱਗੇ ਲਿਆ ਰਿਹਾ ਸਾਰੀ ਕਵਤਾ ਨੂੰ ਜਦੋਂ ਅਸੀਂ ਪੜਾਂਗੇ ਤਾਂ ਸਾਨੂੰ ਪਤਾ ਲੱਗੂਗਾ ਕਵੀ ਇੱਕੋ ਚੀਜ਼ ਨੂੰ ਲਿਆ ਰਿਹਾ ਹੈ ਉਹ ਏ ਕਿ ਉੜਦੇ ਬਾਜਾ ਮਗਰ ਚੱਲੀਏ ਕਿਉਂ ਚੱਲੀਏ ਕਾਰਨ ਉਹ ਪਹਿਲਾ ਇੱਕ ਦੱਸਦਾ ਹੈਗਾ ਕਾਰਨ ਪਹਿਲਾ ਉਹ ਇੱਕ ਦੱਸਦਾ ਹੈਗਾ ਕੀ ਦੱਸਦਾ ਹੈ ਕਿ ਚੈਨ ਦਾ ਪਲ ਬਤਾ ਸਕਣ ਦੀ ਖਾਹਿਸ਼ ਖਤਮ ਹੋ ਚੁੱਕੀ ਹੈ ਕੋਈ ਉਹਨੂੰ ਚੋਰਾ ਕੇ ਲੈ ਗਿਆ ਦੂਜਾ ਕੀ ਦੱਸਦਾ ਹੈ ਕਿ ਥਾਣਾ ਨਿਤ ਫੈਲ ਰਿਹਾ ਭਾਅ ਸਰਕਾਰੀ ਜ਼ਬਰ ਨਿਤ ਫੈਲ ਰਿਹਾ ਇਹ ਅਗਲੀ ਲਾਈਨ ਹੁਣ ਕੀ ਕਹਿੰਦਾ ਕਿ ਇਹ ਤਾਂ ਸਾਰੀ ਉਮਰ ਨਹੀਂ ਲੱਥਣਾ ਪੈਣਾ ਦੇ ਵਿਆਹਾਂ ਤੇ ਚੁੱਕਿਆ ਕਰਜ਼ਾ ਪੈੜੀਆਂ ਵਿੱਚ ਛਿੜਕੇ ਲਹੂ ਦਾ ਹਰ ਕਤਰਾ ਵੀ ਇਕੱਠਾ ਕਰਕੇ ਇੰਨਾ ਰੰਗ ਨਹੀਂ ਬਣਨਾ ਕਿ ਚਿੱਤਰ ਲਵਾਗੇ ਕਿ ਛਾਂ ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ ਅਤੇ ਹੋਰ ਜ਼ਿੰਦਗੀ ਦੀਆਂ ਪੂਰਾ ਰਾਤਾਂ ਵੀ ਗਿਣੀ ਚੱਲ ਗਈਏ ਤਾਰਿਆਂ ਦੀ ਗਿਣਤੀ ਨਹੀਂ ਹੋਣੀ ਕਿਉਂਕਿ ਹੋ ਨਹੀਂ ਸਕਣਾ ਇਹ ਸਭ ਕੁਝ ਫਿਰ ਦੋਸਤੋ ਚੱਲਿਆ ਜਾਵੇ ਉੱਡਦੇ ਆਵਾਜ਼ਾਂ ਵਾਂਗ ਪਹਿਲਾਂ ਇੱਕ ਲੌਜੀਕ ਦਿੱਤਾ ਇੱਕ ਤਰਕ ਦਿੱਤਾ ਫਿਰ ਦੂਜਾ ਤਰਕ ਦਿੱਤਾ ਹੁਣ ਤੀਜਾ ਤਰਕ ਕੀ ਆ ਕਿ ਭਾਈ ਜ਼ਿੰਦਗੀ ਜਿਉਣੀ ਔਖੀ ਆ ਹੁਣ ਇੱਥੇ ਕਿਸਾਨੀ ਦੀ ਜ਼ਿੰਦਗੀ ਜਿਉਣੀ ਔਖੀ ਆ ਮੁੱਖ ਤੌਰ ਤੇ ਕੀ ਆ ਕਿ ਪੈਲੀਆਂ ਵਿੱਚ ਛਿੜਕਿਆ ਲਹੁ ਪੈਲੀਆਂ ਵਿੱਚ ਛਿੜਕਿਆ ਲਹੁ ਕੀ ਦਾ ਕਿਸਾਨ ਦਾ ਕਰਜ਼ਾ ਨਹੀਂ ਲੱਥਣਾ ਵੈਸੇ ਕਰਜ਼ਾ ਚੜਨ ਦੇ ਕਈ ਕਾਰਨ ਨੇ ਪਰ ਇੱਕ ਵੱਡਾ ਕਾਰਨ ਜਿਹੜਾ ਕਿਸਾਨੀ ਦੇ ਵਿੱਚ ਕੀ ਆ ਕਿ ਪੈਣਾ ਦੇ ਵਿਆਹ ਤੇ ਚੁੱਕਿਆ ਕਰਜ਼ਾ ਤੇ ਅਗਲੀ ਗੱਲ ਕੀ ਹੈ ਮੇਨ ਗੱਲ ਕੀ ਹੈ ਕਿ ਇੰਨਾ ਰੰਗ ਭਾਵਾਂ ਕਿੰਨੀ ਕੋਈ ਮਿਹਨਤ ਕਰ ਲੈ ਕਿੰਨਾ ਰੰਗ ਨਹੀਂ ਬਣਨਾ ਕਿ ਚਿੱਤਰ ਲਵਾਂਗੇ ਇੱਕ ਸ਼ਾਂਤ ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ ਵੇਖੋ ਇਸ ਕਵੀ ਜ਼ਿੰਦਗੀ ਦੀਆਂ ਸਾਰੀਆਂ ਨਿਯਾਮਤਾਨੀ ਮੰਗਦਾ ਕਵੀ ਜਿਹੜਾ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਚੀਜ਼ਾਂ ਨਹੀਂ ਮੰਗਦਾ ਉਹ ਤਾਂ ਸਿਰਫ ਇੱਕ ਇੱਜ਼ਤਮਾਨ ਦੀ ਜ਼ਿੰਦਗੀ ਮੰਗਦਾ ਇੱਜ਼ਤਮਾਨ ਦੀ ਰੱਜਵੀਂ ਰੋਟੀ ਵਾਲੀ ਜ਼ਿੰਦਗੀ ਮੰਗਦਾ ਅਣਖ ਵਾਲੀ ਜ਼ਿੰਦਗੀ ਮੰਗਦਾ ਤੇ ਉਹਦੇ ਲਈ ਉਹ ਕਹਿੰਦਾ ਕਿ ਇਹ ਚੀਜ਼ਾਂ ਸੰਭਵ ਨਹੀਂ ਤੇ ਫਿਰ ਕਹਿੰਦਾ ਦੋਸਤੋ ਚੱਲਿਆ ਜਾਵੇ ਉੜਦੇ ਬਾਜ਼ਾਂ ਮਗਰ ਜੇ ਤੁਸੀਂ ਮਾਣੀ ਹੋਵੇ ਗੰਡ 'ਚ ਜੰਮਦੇ ਤੱਤੇ ਗੁੜ ਦੀ ਮਹਿਕ ਅਤੇ ਤੱਕਿਆ ਹੋਵੇ ਸੁਹਾਗੀ ਹੋਈ ਬੱਤਰ ਭਾਉਂ ਦਾ ਚੰਨ ਦੀ ਚਾਨਣੀ 'ਚ ਚਮਕਣਾ ਤਾਂ ਸਭ ਕੁਝ ਜ਼ਰੂਰ ਕਰੋ ਕੋਈ ਚਾਰਾ ਹਾਬੜੀ ਹੋਈ ਵੋਟ ਵੋਟ ਦੀ ਉਸ ਪਰਚੀ ਦਾ ਜੋ ਸੁੱਟ ਰਹੀ ਹੈ ਲਾਲਾਂ ਸਾਡੇ ਖੂਹਾਂ ਦੀ ਹਰਿਆਵਲ ਤੇ ਜਿਨ੍ਹਾਂ ਨੇ ਹੁਣ ਤੁਸੀਂ ਥੋੜਾ ਜਿਹਾ ਇਸ ਲਾਈਨਾਂ ਨੂੰ ਦੇਖੋ ਹਾਬੜੀ ਹੋਈ ਵੋਟ ਪਰਚੀ ਹੁਣ ਹਾਬੜੀ ਹੋਈ ਵੋਟ ਪਰਚੀ ਹੈ ਜਿਹੜੀ ਵੇਖੋ ਜਿਹੜੀ ਵੋਟ ਪਰਚੀ ਉਹ ਤਾਂ ਕਾਗਜ਼ ਦਾ ਟੁਕੜਾ ਹੈ ਜਿਹੜੀ ਵੋਟ ਪਰਚੀ ਆ ਉਹ ਹਾਬੜ ਕਿਵੇਂ ਗਈ ਉਹਦਾ ਮਾਨਵੀਕਰਨ ਕਿਵੇਂ ਕਰਤਾ ਤਾਂ ਅਸਲ ਵਿੱਚ ਸੰਕੇਤ ਫਿਰ ਬਾਹਰ ਵੱਲ ਫੈਲਦਾ ਕਿ ਭਾਈ ਸ਼ਬਦ ਕੋਸ਼ ਤੋਂ ਬਾਹਰ ਨਿਕਲੋ ਸ਼ਬਦ ਕੋਸ਼ ਹੀ ਅਰਥ ਅਰਥ ਨਹੀਂ ਕਾਹ ਭਾਸ਼ਾ ਵਿੱਚ ਜਿਹੜੇ ਅਰਥ ਨੇ ਉਹ ਜਿਹੜਾ ਨਵਾਂ ਰੂਪ ਆ ਉਹਦੇ ਵਿੱਚੋਂ ਪੈਦਾ ਹੁੰਦੇ ਆ ਹੁਣ ਵੈਸੇ ਤਾਂ ਘੜ ਖਾਣ ਵਾਲੀ ਚੀਜ਼ ਆ ਤਾਂ ਇੱਥੇ ਸਵਾਦ ਵੰ ਬਹੁਤ ਸੋਹਣਾ ਬਣਦਾ ਸੀ ਪਰ ਸਾਡੇ ਕਵੀ ਨੇ ਜਿਹੜੇ ਚੱਲ ਰਹੇ ਪੈਟਰਨ ਨੇ ਉਹ ਤੋੜਦਿਆਂ ਕਿਹੜਾ ਮੁਖ ਰੱਖਿਆ ਉਨੇ ਗੰਧ ਬਿੰਬ ਬਣਾਇਆ ਕਿ ਜੇ ਤੁਸੀਂ ਮਾਣੀ ਹੋਵੇ ਗੰਡ ਚ ਜਮਦੇ ਤੱਤੇ ਗੁੜ ਦੀ ਮਹਿਕ ਤੇ ਅਗਲਾ ਦ੍ਰਿਸ਼ ਬਿੰਬ ਕੀ ਬਣਾਇਆ ਕਿ ਸੁਹਾਗੀ ਹੋਈ ਬੱਤਰ ਭਾਉ ਵਿੱਚ ਚੰਨ ਦਾ ਚਮਕਣਾ ਤਾਂ ਤੁਸੀਂ ਵੇਖੋ ਕਿ ਕਿਹੜੀਆਂ ਭਾਸ਼ਿਕ ਯੁਗਤਾ ਵਰਤ ਰਿਹਾ ਭਾਸ਼ਿਕ ਯੁਗਤਾ ਉਹ ਕਿਹੜੀਆਂ ਵਰਤ ਰਿਹਾ ਹੈਗਾ ਆਪਣੀ ਗੱਲ ਕਹਿਣ ਲਈ ਜਿਨ੍ਹਾਂ ਨੇ ਤਕੀਆਂ ਹਨ ਕੋਠਿਆਂ ਤੇ ਸੁਕਦੀਆਂ ਸਨੇਹਰੀ ਛੱਲੀਆਂ ਤੇ ਨਹੀਂ ਤੱਕੇ ਮੰਡੀਆਂ ਚ ਸੁੱਕਦੇ ਭਾ ਹੁਣ ਕੋਠਿਆਂ ਤੇ ਸੁੱਕਦੀਆਂ ਛੱਲੀਆਂ ਤੇ ਮੰਡੀਆਂ 'ਚ ਸੁੱਕਦੇ ਭਾ ਦੋਵੇਂ ਭਾਵਾਂ ਜਿਹੜੀ ਸੁੱਕਣ ਵਾਲੀਆਂ ਚੀਜ਼ਾਂ ਇਹਨਾਂ ਦੇ ਵਿੱਚ ਉਹਨੇ ਕੀ ਕੀਤਾ ਕਿ ਇੱਕੋ ਸ਼ਬਦ ਜਿਹੜਾ ਸੁੱਕਦਾ ਉਹਦੇ ਵੱਖ-ਵੱਖ ਰੂਪ ਵਰਤੇ ਆ ਮੰਡੀਆਂ ਦੇ ਵਿੱਚ ਭਾ ਦਾ ਸੁੱਕਣਾ ਤੇ ਕੋਠੇ ਤੇ ਛੱਲੀਆਂ ਦਾ ਸੁੱਕਣਾ ਭਾਵਾਂ ਦਾ ਸੁੱਕਣੇ ਦਾ ਹੋਰ ਅਰਥ ਆ ਛੱਲੀਆਂ ਦੇ ਸੁੱਕਣ ਦਾ ਹੋਰ ਅਰਥ ਆ ਪਰ ਕਵੀ ਨੇ ਉਹਨਾਂ ਨੂੰ ਜਦੋਂ ਇੱਕ ਜੁੱਟ ਵਿੱਚ ਬੰਨਿਆ ਤਾਂ ਉਹ ਵੱਖਰੇ ਕਿਸਮ ਦਾ ਅਰਥ ਦਿੰਦਾ ਹੈ ਉਹ ਨਹੀਂ ਸਮਝ ਸਕਾਂਗੇ ਕਿ ਕਿਵੇਂ ਦੁਸ਼ਮਣੀ ਹੈ ਦਿੱਲੀ ਦੇ ਉਸ ਹਕੂਮਕਰਾਨ ਆਰਦ ਦੀ ਉਸ ਪੈਰੋਂ ਨੰਗੀ ਪਿੰਡ ਦੀ ਸੋਹਣੀ ਕੁੜੀ ਨਾਲ ਰੰਗ ਵਰਗੀ ਜ਼ਿੰਦਗੀ ਤੁਰੇ ਹੋਏ ਜਦ ਪਰਤ ਆਉਂਦੀ ਹੈ ਆਪਣੀ ਆਵਾਜ਼ ਮੋੜ ਆਪਣੇ ਹੀ ਪਾਸ ਬੁੱਢੇ ਬਲ ਦੇ ਉੱਚੜੇ ਹੋਏ ਕੰਨ ਵਰਗੇ ਸੁਪਨੇ ਜਦ ਚਮਟ ਜਾਵੇ ਗਲੀਆਂ ਦਾ ਚਿੱਕੜ ਉਮਰ ਦੇ ਸਭ ਤੋਂ ਹਸੀਨ ਵਰਿਆਂ ਤੇ ਤਾਂ ਕਰਨ ਨੂੰ ਬਸ ਇਹੋ ਬਚਦਾ ਕਿ ਚੱਲਿਆ ਜਾਵੇ ਉੜਦੇ ਬਾਜਾਂ ਮਗਰ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਜਦੋਂ ਤੁਸੀਂ ਪੰਜਾਬੀ ਦੀ ਕਪਤਾ ਪੜ੍ਹਦੇ ਆ ਤੁਸੀਂ ਵਾਰ-ਵਾਰ ਇੱਕ ਗੱਲ ਦੇਖਦੇ ਆ ਕਿ ਉਹ ਸ਼ਬਦ ਕੋਸ਼ੀ ਸ਼ਬਦਾਂ ਦੇ ਅਰਥਾਂ ਵਿੱਚ ਤਾਂ ਬਹੁਤ ਘੱਟ ਵਰਤਦਾ ਜਿਆਦਾ ਜਿਹੜਾ ਉਹ ਕਾਵਿਕ ਭਾਸ਼ਾ ਸਿਰਜਦਾ ਹੈ ਕਾਵਿਕ ਪਾਸੇ ਜਦ ਚਮਟ ਜਾਵੇ ਗਲੀਆਂ ਦਾ ਚਿੱਕੜ ਕਾਦੇ ਤੇ ਚਿੱਕੜ ਕਾਦਣਾ ਚਮਟਦਾ ਹੈ ਬੂਟ ਨਾਲ ਚੰਬੜਦਾ ਜੁੱਤੀ ਨਾਲ ਚੰਬੜਦਾ ਪਜਾਮੇ ਨਾਲ ਚੰਬੜਦਾ ਪੈਂਟ ਨਾਲ ਚੰਬੜਦਾ ਪਰ ਇੱਥੇ ਕਾਦੇ ਨਾਲ ਚੰਬੜ ਗਿਆ ਉਮਰ ਦੇ ਸਭ ਤੋਂ ਹਸੀਨ ਬਰਿਆਂ ਨਾਲ ਤੇ ਉਮਰ ਦੇ ਸਭ ਤੋਂ ਹਸੀਨ ਵਰੀ ਕਿਹੜੇ ਆ ਜਦੋਂ ਬੰਦਾ ਜਵਾਨ ਹੁੰਦਾ ਤਾਂ ਇਹ ਆਮ ਪ੍ਰਚਲਿਤ ਅਰਥਾਂ ਤੋਂ ਪ੍ਰਾਹਨ ਕਰਦਾ ਪਰ ਕੱਲੇ ਪ੍ਰਾਹਨ ਨਾਲ ਹੀ ਨਹੀਂ ਉਹ ਇਹਦੇ ਵਿੱਚ ਸਮਾਨੰਤਰਤਾ ਵੀ ਸर्जਦਾ ਉਹ ਪੈਰਲਲ ਕੋਈ ਸ਼ਬਦਾਂ ਦੀ ਗੱਲ ਵੀ ਕਰਦਾ ਉਹ ਵਾਰ-ਵਾਰ ਦਹਰਾਉ ਕਰਦਾ ਪਹਿਲਾ ਕਹਿੰਦਾ ਕੀ ਕਹਿੰਦਾ ਕਿ ਚੱਲਿਆ ਜਾਵੇ ਓੜ ਦੇ ਬਾਜਾ ਮਗਰ ਕਿਉਂ ਕਿਉਂਕਿ ਬਾਤ ਚੈਨ ਦਾ ਪਲ ਬਤਾ ਸਕਣ ਦੀ ਖਾਇਚ ਲੈ ਗੇ ਫੇਰ ਕਹਿੰਦਾ ਕਿ ਚੱਲਿਆ ਜਾਵੇ ਓੜ ਦੇ ਬਾਜਾ ਮਗਰ ਕਿਉਂ ਕਿਉਂਕਿ ਇੱਥੇ ਲਾਲ ਪਗੜੀਆਂ ਵਾਲੇ ਲੋਚਕ ਨਾ ਆ ਜਾਣ ਫੇਰ ਕਹਿੰਦਾ ਕਿ ਚੱਲਿਆ ਜਾਵੇ ਓੜ ਦੇ ਬਾਜਾ ਮਗਰ ਕਿਉਂ ਕਿਉਂਕਿ ਮੰਡੀਆਂ ਦੇ ਵਿੱਚ ਭਾਅ ਸੁੱਕ ਰਹੇ ਨੇ ਫੇਰ ਚੱਲਿਆ ਜਾਵੇ ਓੜ ਦੇ ਬਾਜਾ ਮਗਰ ਕਿਉਂ ਕਿਉਂਕਿ ਜ਼ਿੰਦਗੀ ਜੀਣ ਜੋਗੀ ਨਹੀਂ ਹਸੀਨ ਵਰਿਆਂ ਤੇ ਚਿੱਕੜ ਲੱਗ ਰਿਹਾ ਤਾਂ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਇੱਕ ਦਹਰਾਓ ਵੀ ਤੇ ਉਹ ਦਹਰਾਉ ਕਿਵੇਂ ਆ ਉਹ ਹਰ ਵਾਰੀ ਇੱਕ ਕਾਰਨ ਦੱਸਦਾ ਕਿ ਭਾਈ ਬਾਜਾ ਮਗਰ ਕਿਉਂ ਜਾਣਾ ਪੈਣਾ ਜਿਹੜਾ ਚੈਨ ਦਾ ਪਲ ਬਤਾ ਸਕਣ ਦੀ ਖਾਹਿਸ਼ ਲੈ ਗਈ ਤਾਂ ਸੰਘਰਸ਼ੀ ਜਿਹੜਾ ਰੂਪ ਆ ਉਹ ਵੀ ਇਹਦੇ ਜਾਗਰ ਹੁੰਦਾ ਤੇ ਦੋਨੇ ਗੱਲਾਂ ਨਾਲ ਨਾਲ ਚੱਲਦੀਆਂ ਉਹ ਸ਼ਬਦ ਕੋਸ਼ੀ ਆਮ ਭਾਸ਼ਾ ਨੂੰ ਤੋੜ ਕੇ ਉਹਦੀ ਥਾਂ ਤੇ ਉਹਦੀ ਥਾਂ ਤੇ ਉਹ ਆਪਣੇ ਅਰਥ ਪਰਦਾ ਕਾ ਭਾਸ਼ਾ ਸਿਰਜਦੇ ਆਮ ਪਛਾਦੇ ਅਰਥਾ ਤੋਂ ਪ੍ਰਾਹਨ ਕਰ ਜਾਂਦਾ ਹੈ ਪਾਸੇ ੜ ਜਾਂਦਾ ਡਿਵੀਏਟ ਕਰ ਜਾਂਦਾ ਪਰ ਇਹਦੇ ਨਾਲ ਦੀ ਨਾਲ ਕੀ ਉਹ ਕੁਝ ਚੀਜ਼ਾਂ ਦਾ ਦਹਰਾਓ ਵੀ ਕਰਦਾ ਉਹ ਦਹਰਾਓ ਕਿਹੜੀਆਂ ਚੀਜ਼ਾਂ ਦਾ ਕਰਦਾ ਉਹ ਦਹਰਾਓ ਕਰਦਾ ਹੈਗਾ ਕਿ ਇੱਕ ਲਾਜਿਕ ਬਿਲਡ ਕਰਦਾ ਉਹਦੇ ਲਈ ਇੱਕ ਇੱਕ ਪਹਿਲਾ ਤਰਕ ਦਿੰਦਾ ਫਿਰ ਦੂਜਾ ਤਰਕ ਦਿੰਦਾ ਫਿਰ ਤੀਜਾ ਤਰਕ ਦਿੰਦਾ ਫਿਰ ਚੌਥਾ ਤੱਕ ਦਿੰਦਾ ਉਹਨਾਂ ਤਰਕਾਂ ਦੇ ਵਿੱਚ ਸਾਡੇ ਕੋਲੇ ਦਹਰਾਓ ਬਣਦਾ ਇਹ ਤਾਂ ਸਿਰਫ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅਗਰ ਭੂਮੀ ਕਿਵੇਂ ਕਰਦਾ ਹੈ ਇਹਦੇ ਵਿੱਚ ਅਗਰ ਭੂਮਤ ਕੀ ਹੋਇਆ ਇਹਦੇ ਵਿੱਚ ਅਗਰ ਭੂਮਤ ਅਸਲ ਚ ਇਹ ਗੱਲ ਹੋਈ ਆ ਕਿ ਜ਼ਿੰਦਗੀ ਜਿਉਣ ਯੋਗੀ ਨਹੀਂ ਆ ਇਹਦੇ ਲਈ ਸੰਘਰਸ਼ ਕਰਨਾ ਜ਼ਰੂਰੀ ਆ ਤੇ ਸੰਘਰਸ਼ ਕਰਨ ਦੇ ਲਈ ਫਿਰ ਜਿਹੜੀ ਵਾਕ ਬੰਤਰ ਬਣਾਉਂਦਾ ਉਹ ਵਾਕ ਬੰਤਰ ਉਸ ਤਰ੍ਹਾਂ ਦੀ ਵਾਕ ਬੰਤਰ ਨਹੀਂਗੀ ਜਿਸ ਤਰ੍ਹਾਂ ਦੀ ਵਾਕ ਬੰਤਰ ਵਾਰਤਕ ਵਿੱਚ ਹੁੰਦੀ ਆ ਇਹਦੇ ਵਿੱਚ ਜਿਹੜੀ ਵਾਕ ਬੰਤਰ ਉਹ ਵੱਖਰੇ ਕਿਸਮ ਦੀ ਹੋਊਗੀ ਤੇ ਉਹ ਵਾਕ ਬੰਤਰ ਵੱਖਰੇ ਤਰ੍ਹਾਂ ਦੀ ਹੈ ਅੱਜੇ ਅਸੀਂ ਇਹਨੂੰ ਵਾਰਤਕ ਦੇ ਵਿੱਚ ਲਿਖਣਾ ਹੁੰਦਾ ਤਾਂ ਚਲੋ ਇੱਥੋਂ ਆਪਾਂ ਚੱਲੀਏ ਕਿਤੇ ਆਲੋਚਕ ਨਾ ਆ ਜਾਣ ਪਰ ਕਵੀ ਆਉ ਨਹੀਂ ਕਹਿੰਦਾ ਕਵੀ ਇੱਥੇ ਵੱਖਰੇ ਢੰਗ ਨਾਲ ਗੱਲ ਕਰਦਾ ਇੱਥੇ ਤਾਂ ਪਤਾ ਨਹੀਂ ਕਦੋਂ ਆ ਧਮਕਣ ਬੰਦੇ ਦੇ ਮਨ ਚ ਇੱਕ ਪੁਤਸੁਕਤਾ ਜਗਾਉਂਦਾ ਹੈ ਕਿ ਕੌਣ ਆ ਧਮਕਣ ਲਾਲ ਪਗੜੀਆਂ ਵਾਲੇ ਲੋਚਕ ਲਾਲ ਪਗੜੀਆਂ ਵਾਲੇ ਲੋਚਾ ਕੌਣ ਆ ਸ਼ੁਰੂ ਕਰ ਦੇਣ ਕਵਤਾ ਦੀ ਦਾਤ ਦੇਣੀ ਇੱਥੇ ਕੀ ਆ ਵਕਰੋਕਤੀ ਆ ਟੇਢੀ ਗੱਲ ਆ ਉਲਟੀ ਗੱਲ ਆ ਦਾਤ ਨਹੀਂ ਉਹ ਦੇ ਰਹੇ ਉਹ ਤਾਂ ਉਹਨੂੰ ਫੜਨ ਰੈਸਟ ਕਰਨ ਮਾਰਨ ਕੁੱਟਣ ਸੱਤਾ ਦਾ ਦਬਾਅ ਪਾਉਣ ਆ ਰਹੇ ਕਿ ਇਸ ਤੋਂ ਪਹਿਲਾਂ ਕਿ ਪਸਰ ਜਾਏ ਥਾਣੇ ਦੀ ਨਿਤ ਫੈਲ ਦੀ ਇਮਾਰਤ ਤੁਹਾਡੇ ਪਿੰਡ ਤੁਹਾਡੇ ਟੱਬਰ ਤੀਕ ਤੇ ਨੱਥੀ ਹੋ ਜਾਏ ਸਵੇ ਮਾਨ ਦਾ ਕੰਮ ਦਾ ਹੋਇਆ ਵਰਕਾ ਉਸ ਕਿਰਚ ਮੂਹੇ ਮੁਣਛੀ ਦੇ ਰੋਜ ਨਾਮ ਚ ਵਿੱਚ ਕਿਰਚ ਮੂਹਾ ਵੇਖੋ ਸ਼ਬਦਾਂ ਦੀ ਚੋਣ ਵੇਖੋ ਉਏ ਉੱਥੇ ਸ਼ਬਦ ਤਲਵਾਰ ਵੀ ਵਰ ਸਕਦਾ ਬਰਸ਼ਾ ਵੀ ਵਰ ਸਕਦਾ ਕਿਉਂ ਜਵਦਾ ਮੂੰਹ ਕਿਉ ਜੈ ਕਿਰਚ ਮੂੰਹ ਤੇ ਕਿਰਚ ਕੀ ਆ ਜਿਹੜੀ ਆਦਮੀ ਦੀ ਜਾਨ ਲੈ ਲੈਂਦੀ ਹੈ ਇੱਕ ਤਰ੍ਹਾਂ ਨਾਲ ਪਾਸ਼ ਦੀ ਕਪਤਾਨ ਨੂੰ ਸਮਝਣ ਦੇ ਲਈ ਜੇ ਤੁਸੀਂ ਉਸ ਦੀ ਕਪਤਾਨ ਨੂੰ ਆਨੰਦ ਮੰਨਣਾ ਹੈਗਾ ਕਾਵਿਕਤਾ ਦਾ ਤੁਹਾਡੇ ਅੰਦਰ ਕਿ ਸਹਿਯੋਗਤਾ ਹੁੰਦੀ ਹੈ ਉਹਨਾਂ ਸੀ ਆਨੰਦ ਮੰਨ ਲੈਣੇ ਪਰ ਜੇ ਤੁਸੀਂ ਉਹਦਾ ਸਹਿਤਕ ਆ ਮੌਲੰਕਣ ਕਰਨਾ ਹੈ ਆਪਾਂ ਅੱਜ ਵਿਚਾਰਧਾਰਾ ਦੀ ਗੱਲ ਨਹੀਂ ਕੀਤੀ ਵਿਚਾਰਧਾਰਾ ਪੱਖੋਂ ਨਹੀਂ ਆਪਾਂ ਗੱਲ ਕੀਤੀ ਆਪਾਂ ਸਿਰਫ ਇਹ ਕਿਹਾ ਕਿ ਅਰਥਤਪਾਦਨ ਕਿਵੇਂ ਹੁੰਦਾ ਤਾਂ ਨਿਸ਼ਚੇ ਹੀ ਉਹ ਆਮ ਭਾਸ਼ਾ ਨਹੀਂ ਵਰਤਦਾਗਾ ਆਮ ਭਾਸ਼ਾ ਨੂੰ ਤੋੜਦਾ ਉਹਦੇ ਨਾਲੋਂ ਕਾਹ ਭਾਸ਼ਾ ਸਿਰਜਦਾ ਤੇ ਕਾਹ ਭਾਸ਼ਾ ਸਿਰਜਦਿਆਂ ਕੀ ਕਰਦਾ ਕਿ ਕਦੇ-ਕਦੇ ਉਹ ਆਮ ਅਰਥਾਂ ਤੋਂ ਬਾਹਰ ਜਾਂਦਾ ਆਮ ਅਰਥਾਂ ਤੋਂ ਵੱਖਰੇ ਅਰਥ ਸਿਰਜਦਾ ਤੇ ਕਦੇ-ਕਦੇ ਕੀ ਕਰਦਾ ਕਿ ਉਹ ਕਿਸੇ ਚੀਜ਼ ਦਾ ਦਹਰਾਓ ਕਰਦਾ ਤੇ ਦਹਰਾਓ ਕਰਨ ਲਈ ਉਹ ਕਿਹੜੇ ਸ਼ਬਦਾਂ ਦੀ ਵਰਤੋਂ ਕਰਦਾ ਉਹਨਾਂ ਦੀ ਧੁਨੀਆਂ ਕੀ ਹੈ ਜਿਹੜਾ ਪ੍ਰਭਾਵ ਕਿਰਚਮੂਹੇ ਨਾਲ ਜਿਹੜਾ ਪ੍ਰਭਾਵ ਲਾਲ ਪਗੜੀਆਂ ਵਾਲੇ ਲੋਚਕਾ ਨਾ ਪੈਂਦਾ ਉਹ ਸ਼ਾਇਦ ਅ ਪੁਲਸ ਵਾਲਾ ਕਹਿਣ ਨਾਲ ਨਾ ਪੈਂਦਾ ਜਿਹੜਾ ਕਿਰਚਮੂਹੇ ਮੁਣਛੀ ਦੇ ਨਾਲ ਪ੍ਰਭਾਵ ਪੈਂਦਾ ਉਹ ਸ਼ਾਇਦ ਹੋਰ ਸ਼ਬਦਾਂ ਨਾਲ ਨਾ ਪੈਂਦਾ ਤਾਂ ਜਦੋਂ ਅਸੀਂ ਪਾਸ਼ ਦੇ ਪ੍ਰਸੰਗ ਵਿੱਚ ਉਸ ਦੀ ਇਹ ਨਜ਼ਮ ਦੇਖਦੇ ਹਾਂ ਉਸ ਦੀ ਇਹ ਕਵਿਤਾ ਦੇਖਦੇ ਹਾਂ ਤਾਂ ਉਹਦੀਆਂ ਸਿਰਫ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੋਰ ਬੜੇ ਪਸਾਰ ਨੇ ਪਾਸ਼ ਦੀ ਇਸ ਕਵਿਤਾ ਦੇ ਵੀ ਤੇ ਉਸ ਦੀਆਂ ਹੋਰ ਕਵਤਾਵਾਂ ਦੇ ਵੀ ਪਰ ਅੱਜ ਇੱਕ ਵਾਰ ਇੰਨੀ ਗੱਲ ਹੀ ਆਪਾਂ ਕਰਨੀ ਸੀ ਉਹਦੇ ਵਿੱਚ ਆਪਾਂ ਸਿਰਫ ਸ਼ੈਲੀ ਵਿਗਿਆਨ ਦੇ ਇੱਕ ਦੋ ਸੰਕਲਪਾਂ ਨੂੰ ਲੈ ਕੇ ਉਸ ਨੂੰ ਪਾਸ਼ ਦੀ ਕਪਤਾ ਦੇ ਉੱਤੇ ਟਿਕਾਉਣ ਦੀ ਨਾ ਕਹੀਏ ਉਸ ਰਾਹੀਂ ਪਾਸ਼ ਦੀ ਕਪਤਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਮਿਹਰਬਾਨੀ